ਸੱਤ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਤੁਹਾਡਾ ਆਪਣਾ ਦੋਸਤ ਹੈਪੀ ਭਗਤਾ ਅਤੇ ਅੱਜ ਸਾਡੀ ਪੂਰੀ ਟੀਮ ਤੁਹਾਨੂੰ ਲੈ ਕੇ ਆਈ ਹੈ ਪਟਿਆਲੇ ਜ਼ਿਲ੍ਹੇ 'ਚ। ਪਟਿਆਲੇ ਜ਼ਿਲ੍ਹੇ ਦਾ ਪਿੰਡ ਹੈ ਅਜਨੌਦਾ ਕਲਾਂ। ਅਜਨੌਦਾ ਕਲਾਂ ਦੇਖਣਾ, ਆਓ ਫਿਰ ਚੱਲੀਏ ਅਜਨੌਦਾ ਕਲਾਂ ਦੇਖਣ। ਆਓ ਜੀ, ਘਰ 'ਚ ਬਣ ਰਿਹਾ ਖੋਆ। ਸਤਿ ਸ਼੍ਰੀ ਅਕਾਲ ਜੀ। ਕਿੰਨਾ ਕੁ ਟਾਈਮ ਹੋ ਗਿਆ ਲੱਗੇ ਆਪਾਂ ਨੂੰ? ਕਿ ਸਵੇਰ ਦੇ ਲੱਗੇ ਆ? ਘੰਟਾ ਹੋ ਗਿਆ। ਘੰਟਾ ਹੋ ਗਿਆ ਹੈ। ਕਿੰਨਾ ਕੁ ਦੁੱਧ ਪਾ ਲਿਆ 'ਚ? ਅਸੀਂ 8 ਕਿਲੋ ਦੁੱਧ ਪਾਇਆ। ਪਹਿਲਾਂ ਮਤਲਬ ਥੋੜ੍ਹਾ ਜਿਹਾ ਕੱਢ ਲੈਣਾ, ਥੋੜ੍ਹਾ ਜਿਹਾ ਰਹਿ ਗਿਆ ਨਾ, ਇਹ ਬਾਅਦ 'ਚ ਕੱਢਣਾ ਹੈਗਾ। ਹੁਣ ਕੀ ਬਣਾਉਣਾ ਆਪਾਂ? ਗਾਜਰ ਪਾਕ ਬਣਾਉਣਾ। ਗਾਜਰ ਪਾਕ ਹੈ ਅਤੇ ਨਹੀਂ, ਇਹ ਸਰਦੀਆਂ 'ਚ ਬਣਾਉਂਦੇ ਹੁੰਦੇ ਨਾ ਆਪਾਂ ਗਾਜਰ ਪਾਕ, ਨਾਲ ਖੋਆ ਵੀ ਕੱਢਦੇ ਹਾਂ, ਨਾਲ ਇੱਕ ਚੌਲਾਂ ਦੀਆਂ ਪਿੰਨੀਆਂ ਹੁੰਦੀਆਂ ਉਹ ਬਣਾਈਆਂ ਕਦੇ? ਉਹ ਕਿਵੇਂ ਬਣਦੀਆਂ ਚੌਲਾਂ? ਉਹ ਕੱਲ੍ਹ ਨੂੰ ਮਤਲਬ ਰੋਜ਼ ਰੋਜ਼ ਕੁਛ ਨਾ ਕੁਛ ਬਣਾਉਂਦੇ ਰਹਿੰਦੇ ਤੁਸੀਂ? ਅਤੇ ਫਿਰ ਉਸ ਤੋਂ ਅਗਲੇ ਦਿਨ ਕੀ ਬਣਾਓਗੇ? ਕੱਲ੍ਹ ਨੂੰ ਚੌਲਾਂ ਦੀਆਂ ਪਿੰਨੀਆਂ, ਪਰਸੋਂ ਕੀ ਬਣਾਓਗੇ? ਪਰਸੋਂ ਨੂੰ ਚਿੱਟਾ ਖੋਆ ਬਣਾਵਾਂਗੇ। ਚਿੱਟਾ ਖੋਆ? ਅਤੇ ਚੌਥੇ ਨੂੰ ਕੀ ਬਣਾਓਗੇ? ਕੋਈ ਹੋਰ ਚੀਜ਼ ਬਣਾ ਲਾਂਗੇ। ਰੋਜ਼ ਜੇ ਘਰ ਵਾਲੇ ਰੋਜ਼ ਕੁਛ ਨਾ ਕੁਛ ਬਣਾਉਂਦੇ, ਕੋਈ ਹੋਰ ਚੀਜ਼ ਸੋਚੋਗੇ? ਕੋਈ ਨਾ ਕੋਈ ਬਣਾਉਂਦੇ ਰਹਿੰਦੇ ਜੀ। ਆਪਣੇ ਤਿਲਾਂ ਦੀਆਂ ਪਿੰਨੀਆਂ, ਹਾਂਜੀ, ਜਿਵੇਂ ਤਿਲਾਂ ਦੀਆਂ ਪਿੰਨੀਆਂ ਹੋ ਗਈਆਂ ਜੀ। ਅੱਛਾ ਜੀ, ਚੌਲਾਂ ਦੀਆਂ ਪਿੰਨੀਆਂ, ਅੱਜ ਗਾਜਰ ਪਾਕ ਬਣਾ ਲਿਆ ਜੀ, ਕੱਲ੍ਹ ਚਿੱਟਾ ਖੋਆ ਬਣਾਵਾਂਗੇ ਜੀ। ਚਿੱਟਾ ਖੋਆ? ਹਾਂਜੀ, ਕੱਲੀਆਂ ਬਰਫੀਆਂ ਬਿਨਾਂ ਗਾਜਰਾਂ ਤੋਂ। ਕਲੀ ਕਰਕੇ ਬਣਾਓਗੇ ਕਿ ਵੈਸੇ? ਨਹੀਂ ਐਸੀ ਜੀ, ਦੁੱਧ ਦੀਆਂ ਜੁੱਤੀਆਂ। ਦੁੱਧ ਦਾ ਤੂੰ ਖਾਣੀ ਨਹੀਂ ਖੋਆ? ਇਹਨੂੰ ਕਿਹੜੇ ਨਾਂ ਨਾਲ ਬੁਲਾਉਣੇ ਹੁੰਦੇ? ਇਹਦਾ ਨਾਂ ਕੀ? ਇਹਦਾ ਨਾਮ ਨੂਰ ਆ ਜੀ। ਨਹੀਂ, ਛੋਟੇ ਨਾਂ ਨਾਲ ਕਹਿੰਦੇ, ਮੇਰੀ ਗੁਗਲੀ ਮੁਗਲੀ ਕੀ ਕਹਿੰਦੇ ਨੇ? ਗੁਗਲੀ ਮੁਗਲੀ ਵੀ ਕਹਿ ਦਿੰਦੇ ਆ ਜੀ, ਮੇਰੀ ਮਿੱਠੀ ਮਿੱਠੀ ਵੀ ਕਹਿ ਦਿੰਦੇ ਆ ਜੀ। ਹਾਂ, ਮੇਰੀ ਮਿੱਠੀ ਮਿੱਠੀ। ਅੱਛਾ, ਫਿਰ ਹੁਣ ਗਾਜਰ ਪਾਕ ਬਣਾਈਏ। ਹਾਂਜੀ, ਲਓ ਫਿਰ ਪਹਿਲਾਂ ਮੈਂ ਬਣਾ ਕੇ ਦੇਖਦਾ ਜੀ। ਲਓ ਜੀ, ਆਪਾਂ ਸਿੱਖਦੇ ਹਾਂ ਇਹ 'ਚ। ਆਹ ਮਾਰਨੀ ਪੈਂਦੀ, ਇਹਨੂੰ ਕੀ ਕਹਿੰਦੇ ਆ? ਦੱਸ ਦਿਓ। ਖੁਰਚਣਾ ਜਾਂ ਖੁਰਚਣਾ ਜਾਂ ਖੁਰਚਣੀ ਜੇ ਮਾਰਨੀ ਪੈਂਦੀ ਆ ਅਤੇ ਅੱਗੇ ਗਾਜਰ ਪਾਕ ਜਿਹੜਾ ਥੋੜ੍ਹੇ ਕੁ ਟਾਈਮ ਨੂੰ ਹੋ ਜਾਣਾ ਤਿਆਰ। ਲਤਲਾਵਾਂ ਖਿੱਚ ਕੇ ਦੇਖ ਲੋ ਨਾ ਵੀ ਜੀ, ਮੈਂ ਦੂਜੇ ਦੁੱਧ ਵਾਲੀ ਬਾਲਟੀ ਆ ਦੋਨੇ ਪਾਸੇ। ਨਿੰਬੂ ਤਾਂ ਫੇਲ ਆ, ਦੁੱਧ ਦੀਆਂ ਦੋ ਬਾਲਟੀਆਂ ਬੰਨ ਲੈ ਦੋਨੇ ਪਾਸੇ, ਦੋਨੇ ਪਾਸੇ ਨਿੰਬੂ ਫੇਲ ਆ। ਫੇਰ ਨਿੰਬੂ ਵੀ ਠੰਡਾ ਨਾਲੇ, ਸਕੰਜ ਵੀ ਗੱਲ ਖਰਾਬ ਕਰ ਦਿੱਤੀ ਜੀ। ਥੋੜੇ ਕੁਛ ਨਹੀਂ, ਮੈਂ ਨਹੀਂ ਖੜਾਉਂਗਾ। ਇਹ ਤਾਂ ਸਟੂਡੈਂਟ ਆ ਜੀ। ਤੁਸੀਂ ਕੀ ਹੋ? ਮੈਂ ਦੋਜੀ ਮਿਲਕੀ। ਹਾਂਜੀ ਦੁੱਧ? ਹਾਂਜੀ ਹਾਂਜੀ ਹਾਂ। ਪਾਣੀ ਤਾਂ ਇੱਕ ਟੋਲ ਪਾਣੀ ਮੰਗਦਾ, ਅੱਧ ਤੋਂ ਵੱਧ। ਪਿੰਡ ਦਾ ਬੰਦਾ ਹੀ ਤੁਹਾਡੇ? ਮੈਂ ਤਾਂ ਨਹੀਂ ਕਿਹਾ। ਉਹ ਵੀਰ ਜੀ ਚੱਲਦਾ ਸਭ ਕੁਝ? ਪਾਣੀ ਚੱਲਦਾ? ਚੱਲੂਗਾ। ਮਤਲਬ ਕੈਮੀਕਲ ਨਹੀਂ ਪਾਉਂਦੇ? ਕੱਲਾ ਪਾਣੀ? ਕੈਮੀਕਲ ਨਹੀਂ ਕੱਲਾ ਪਾਣੀ? ਪਾਣੀ ਵੀ ਜੀ, ਪਾਣੀ ਤੇ ਇਹ ਕਿਵੇਂ? ਪਿਓਰ ਵੀ ਜੀ, ਪਾਣੀ ਵੀ ਪਿਓਰ। ਪਿਓਰ ਕਿਹੜਾ? ਤਾਜ਼ਾ ਕੋਈ ਨਹੀਂ, ਉਹ ਵੀ ਬਾਸੀ ਤੜਾ ਸੀ, ਉਹ ਨਹੀਂ ਤਾਜ਼ੀ ਮੋਟਰ ਚਲਾ ਕੇ ਛੱਪੜ ਵਾਲੇ ਨੇ ਵੀ ਜੀ, ਮੋਟਰ ਤਾਜ਼ੀ। ਹਾਂਜੀ, ਜਮੀ ਨੀ ਫਿਰ ਜੀ, ਮੋਟਰ ਚੱਲਦੀ ਆ ਡੇਢ ਪਾਵਰ ਦੀ। ਦੋ ਮੋਟਰ ਸਾਈਕਲ ਇਹਨੂੰ ਵਿਚਾਲੇ ਸਾਈਕਲ ਦੇ ਕੀ ਚੱਕਰ ਵੀਰ ਜੀ? ਇਹਨੇ ਪੂੜੇ ਖਾ, ਇਹਦੇ ਕੱਪੜੇ ਵੀ ਨਹੀਂ ਫਿਰਦੇ। ਮੇਰੀ ਸੁਣੋ ਗੱਲ, ਖੇਤੋਂ ਕੰਮ ਕਰਕੇ ਆ ਉਧਰ, ਨਾ ਨਾ ਸੁਣੋ ਤੁਸੀਂ ਪੂਰੀ, ਖੇਤੋਂ ਕੰਮ ਕਰਕੇ ਆ, ਰਸਤੇ ਜੱਗ ਚੱਲ ਰਹੀ ਅੱਜ, ਉਹ ਖੀਰ ਪੂੜੇ ਵੱਧ ਖਾ ਲਏ, ਹੁਣ ਬਾਈ ਸਾਈਕਲ ਚਲਾਵੇਗਾ ਕੀ ਕਰੇ ਹੁਣ ਜੀ? ਖਿੱਚ ਕੇ ਲੈ ਜਾ। ਕਿਹੜੀ ਖੇਡ ਹੈ ਜੀ ਇਹ? 12 ਡਿਟੀ? 12 ਬਿਕਰੀ? 12 ਡਿਕਰੀ? 12 ਬਿਕਰੀ? 12 ਬਿਕਰੀ? ਹਾਂਜੀ, ਨਾਲ ਡਿਕਰੀ ਗਈ ਨਾ? ਬਿਕਰੀ ਆ ਜੀ, ਬਿਕਰੀ ਆ। ਹੂੰ, ਉਹ ਵੈਸੇ ਡਿਕਰੀ ਆ। ਹੂੰ, ਤੇ ਲੜਾਈ ਲੁਈ ਮਾਰ ਵੀ ਸਕਦੇ ਨਾ? ਨਾ ਪਕੜ ਨਾ 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 ਲੜਨ ਕੋਈ ਲੜਦਾ ਨਹੀਂ ਹੈ। ਕਿਵੇਂ ਖੇਡਦੇ ਇਹ? ਕਾਲੀਆਂ ਥੁੱਡੀਆਂ ਚਿੱਟੀਆਂ ਇਹਨਾਂ ਦੀਆਂ? ਹਾਂਜੀ। ਕਿਵੇਂ ਕਰ, ਮੈਨੂੰ ਦੱਸੋ ਹੁਣ ਕਿਹੜਾ ਰੱਖੀਏ ਅੱਗੇ ਚੱਕ ਕੇ ਆਪਾਂ? ਆ ਚੱਕ ਰੱਖੂਗੇ ਇਹ, ਆ ਰੱਖਤਾ ਉਰੇ, ਚੱਲੋ ਜੀ ਹੁਣ ਆਪਾਂ ਕੀ ਕਰੀਏ? ਹੁਣ ਇੱਥੇ ਚੱਕ ਰੱਖੂਗੇ, ਇਹ ਤਾਂ ਫੇਰ ਉੱਧਰ ਆ ਗਿਆ। ਉਹ ਚੱਕਰ ਹੀ ਨਹੀਂ ਜੀ। ਅੱਛਾ, ਇੱਧਰ ਰੱਖਦਾ ਹੁਣ
ਆਪਾਂ ਵੀ ਕੁੱਟ ਲੈਂਦੇ ਆ ਜੀ। ਇਹ ਆ ਦੇਖੋ ਜੀ, ਆਹ ਦੇਖੋ ਜੀ ਕੁੱਟ ਲਈ ਜੀ, ਹੈ ਇਹ ਆ ਜੀ 12 ਡਿਕਰੀ, ਇਹ ਵਿਕਰੀ ਕਹਿੰਦੇ ਨੇ, ਇਹ ਖੇਡੀ ਜਾਂਦੀ ਪਿੰਡਾਂ ਦੇ ਵਿੱਚ, ਅੱਗੇ ਪਿੰਡ ਦੇਖਦੇ ਇੱਕ ਹੋਰ ਕੁੱਟ ਲਈ ਦੇਖੋ ਜੀ ਜਾਂਦੇ ਜਾਂਦੇ। ਕਿੱਧਰ ਚੱਲੇ ਆ ਉਹ, ਖੜ ਜਾਓ ਖੜ ਜਾਓ, ਕਿੱਧਰ ਨੂੰ ਚੱਲੇ ਆ? ਮੈਂ ਸਹੀ, ਹਾਂ ਤੂੰ ਬਸ ਘਰ ਨੂੰ ਜਾਂਦੇ। ਅੱਛਾ ਆਏ ਕਿੱਥੋਂ? ਸਕੂਲ ਤੋਂ। ਸਕੂਲ ਤੋਂ ਆਏ ਜੀ, ਸਕੂਲ ਤੋਂ। ਸਕੂਲ ਤੋਂ ਜੀ। ਮਾਸਟਰਾਂ ਤੋਂ ਅੱਜ ਪਈ ਪੂਏ ਕਿ ਨਹੀਂ ਕੁੱਟ ਕੁੱਟ? ਨਾ ਨਹੀਂ ਨਹੀਂ ਨਹੀਂ, ਸਵੇਰੇ ਪਈ ਆਈ। ਕਿੰਨੇ ਕਿ ਡੰਡੇ ਡੰਡੇ ਪਈ? ਨਾ ਇੱਕੇ ਦਾ ਫੜ ਹੋਇਆ ਜੀ, ਇੱਕੇ ਦਾ ਫੜ ਹੋਇਆ ਜੀ। ਮਾਸਟਰ ਤੋਂ ਪਈ ਆ, ਲੜ ਗਏ ਤੇ ਜੀ। ਅਸੀਂ ਲੜ ਗਏ ਜੀ। ਕਿਹਦੇ ਲੜ ਗਏ ਸੀ? ਇੱਥੇ ਲੜ ਪਏ ਤੇ ਜੀ, ਜਵਾਕਾਂ ਨਾਲ ਲੜਾਈ ਪੈ ਗਈ ਜੀ। ਅੱਛਾ ਲੜਾਈ ਪੈ ਗਈ ਜੀ। ਲੜਾਇਆ ਕਿਹੜਾ ਤੁਹਾਡੇ ਚੋਂ? ਲੜਾਇਆ ਕਿ ਨਹੀਂ ਹੈਗਾ ਉਹਦੇ ਕੋਈ? ਹੱਸਾ ਜੀ ਮੁੰਡਾ। ਉਹ ਕਿੱਥੇ ਆ? ਲੰਘ ਗਿਆ ਜੀ, ਲੰਘ ਗਿਆ ਜੀ। ਆ ਗਿਆ ਕਿੱਥੇ? ਆ ਗਿਆ ਆ ਰਿਹਾ ਜੀ ਪਿੱਛੇ ਪਿੱਛੇ ਆ ਰਿਹਾ। ਤੁਸੀਂ ਹੁਸ਼ਿਆਰ ਹੋ? ਹਾਂ ਜੀ। ਅੱਛਾ ਤੁਸੀਂ ਹੁਸ਼ਿਆਰ ਹੋ, ਹੈ ਠੀਕ ਆ। ਲੜ ਅੱਗੇ ਆ ਰਹੇ ਨੇ। ਪੱਖ ਲਾ ਦੀ ਆਈ, ਲਓ ਜੀ ਪਿੰਡ ਆਪਾਂ ਜਨੌਦਾ ਕਲਾ ਦੇਖ ਰਹੇ ਹਾਂ ਤੇ ਬੀਬੀਆਂ ਦੀ ਸੱਥ ਇਸ ਘਰ ਚ ਲੱਗੀ ਆ, ਆਪਾਂ ਚੱਲਦੇ ਹਾਂ। ਆਪਦੇ ਜਗ੍ਹਾ ਆਪਦੇ ਆਪਣੇ ਕੋਲ ਕੋਈ ਚੀਜ਼ ਲੱਭੇ ਆਪਾਂ ਕਹਿੰਦੇ ਆ ਢੰਡੋਰਾ, ਬਾਹਰ ਪਿੱਟ ਦੇ ਰਹਿ ਗਿਆ। ਕਿਵੇਂ ਚੀਜ਼ ਮਤਲਬ ਸਮਝਿਆ ਨੀ ਗੱਲ, ਚੰਗੀ ਤਰ੍ਹਾਂ ਸਮਝਾਓ। ਬਿੰਦ ਚ ਭੁੱਲ ਜਾਂਦੀ ਗੱਲ, ਮਤਲਬ ਪੁਰਾਣੀਆਂ ਗੱਲਾਂ ਭੁੱਲ ਗਈ ਹੁਣ, ਚੇਤੇ ਨੀ ਹੁਣ ਮੇਰੇ ਆਉਂਦੀ ਨੀ ਚੇਤੇ। ਇਹ ਪੇਕਾ ਪਿੰਡ? ਸਹੁਰੇ ਨੇ। ਅੱਛਾ ਇਹ ਸਹੁਰੇ ਨੇ, ਮੈਂ ਕਿਤੇ ਪੇਕੇ ਨਾ ਹੀ ਹੋਵੇ ਨਾ। ਨਾ ਨਾ, ਚਲੋ ਗੀਤ ਸੁਣਾ।
ਰਾਮ ਸਾਵੇ। ਕਿਸੇ ਬੰਦੇ ਨੂੰ ਮਤਲਬ ਕਿ ਸਿੱਧਾ ਕਰਨਾ, ਮਤਲਬ ਕਿ ਬਟ ਇਹੋ ਜਿਹੀ ਗੱਲ ਨੀ ਗੀ, ਸਾਰੇ ਵਧੀਆ ਆ, ਇਕੱਠੇ ਰਹਿੰਦੇ ਆ ਪੂਰੇ ਮਿਲ ਜੁਲ ਕੇ। ਹਾਂਜੀ ਮਿਲ ਵਰਤ ਹਾਂ ਬੇਬੇ, ਸਤਿ ਸ੍ਰੀ ਅਕਾਲ, ਬਸ ਚੱਲ ਠੀਕ ਆ। ਸਤਿ ਸ੍ਰੀ ਅਕਾਲ, ਮੇਰੇ ਪੇਕੇ ਨੇ ਜੀ। ਇਹ ਪੇਕੇ ਨੇ? ਹਾਂਜੀ ਪੇਕੇ। ਸਹੁਰੇ ਕਿੱਥੇ ਨੇ? ਸਹੁਰੇ ਸੋਹਲੀ ਜੀ। ਸੋਹਦੀ? ਸੋਹਲੀ ਸੋਹਲੀ। ਸੋਹਲੀ ਕਿੱਥੇ ਪੈਂਦਾ ਇਹ? ਆ ਪਰਲੇ ਪਾਸੋ ਦੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੀ ਕਰਦੇ ਤੁਸੀਂ? ਕੁਛ ਨਹੀਂ ਬਸ ਫ੍ਰੀ। ਹੈਂ? ਕੁਛ ਨਹੀਂ ਬਸ ਫ੍ਰੀ ਬੈਠੇ ਵੀ ਲਿਆਲ ਤਾਂ। ਨਹੀਂ ਫ੍ਰੀ ਨਹੀਂ, ਕੰਮ ਕੀ ਕਰਦੇ? ਹਾਂਜੀ ਘਰ ਦਾ ਸਾਰਾ ਕੰਮ ਕਰਦੇ ਆ। ਸਾਰਾ ਕੰਮ ਕਰਦੇ? ਕਿਹੜਾ ਖਾਣਾ ਜਿਹੜਾ ਸਭ ਤੋਂ ਵਧੀਆ ਬਣਾਉਂਦੇ, ਸਬਜ਼ੀ ਕਿਹੜੀ ਵਧੀਆ ਬਣਾਉਣੀ ਹੁੰਦੀ ਹੈ? ਇਹ ਆਲਮੋਸਟ ਸਾਰੀਆਂ ਹੀ ਕਰਦੇ ਆ ਬਸ। ਕੁਛ ਅੰਗਰੇਜ਼ੀ ਚ ਆਉਣੀਆਂ ਸਾਰੀਆਂ? ਨਹੀਂ ਨਹੀਂ, ਪੰਜਾਬੀ ਚ ਵੀ ਆਉਂਦੀ। ਪੰਜਾਬੀ ਚ ਕਿਹੜੀ ਆਉਂਦੀ ਆ? ਸਾਗ ਆਉਂਦਾ ਬਣਾਉਣਾ ਪੰਜਾਬੀ? ਹਾਂਜੀ ਥੋੜਾ ਬਹੁਤ ਆਉਂਦਾ ਹੈ। ਫਿਰ ਪੰਜਾਬੀ ਤਾਂ ਆਉਂਦਾ ਨਹੀਂ। ਅੰਗਰੇਜ਼ੀ ਦੀ ਕਿਹੜੀ ਸਬਜ਼ੀ ਬਣਾਉਣੀ ਹੁੰਦੀ ਅੰਗਰੇਜ਼ੀ ਵਾਲੀ? ਨਹੀਂ ਨਹੀਂ, ਉਦਾਂ ਥੋੜੀ ਆਉਂਦੀ ਤਾਂ ਸਾਰੀਆਂ, ਮਤਲਬ ਆਲਮੋਸਟ ਥੋੜੀ ਥੋੜੀ ਆਉਂਦੀਆਂ ਹੈ। ਤੁਹਾਨੂੰ ਆਉਂਦੀਆਂ? ਹਾਂਜੀ। ਭਿੰਡੀਆਂ ਕਿਵੇਂ ਬਣਦੀਆਂ? ਭਿੰਡੀਆਂ ਨੂੰ ਧੋਵੋ, ਕੱਟੋ, ਫਿਰ ਉਹਨਾਂ ਨੂੰ ਪਹਿਲਾਂ ਤੇਲ ਨੂੰ ਚੰਗੀ ਤਰ੍ਹਾਂ ਕਰੋ, ਫਿਰ ਉਹਦੇ ਵਿੱਚ ਪਿਆਜ਼ ਪਾਓ, ਲੂਣ ਮਿਰਚ ਜੋ ਵੀ ਪਾਉਣਾ, ਬਾਅਦ ਵਿੱਚ ਭਿੰਡੀਆਂ ਪਾਓ, ਅੱਛੀ ਤਰ੍ਹਾਂ ਫਰਾਈ ਕਰਕੇ ਉਹਨਾਂ ਨੂੰ, ਫਿਰ ਟੇਸਟੀ ਹੁੰਦੀਆਂ ਨੇ। ਖਾ ਲਓ, ਖਾ ਲਓ ਸਰ। ਲਓ ਜੀ ਭਿੰਡੀਆਂ ਜ਼ਰੂਰ ਇਸ ਤਰ੍ਹਾਂ ਬਣਾ ਕੇ ਖਾਵਾਂਗੇ। ਖਾਧੀਆਂ ਕਦੇ ਭਿੰਡੀਆਂ? ਲੇਡੀ ਫਿੰਗਰ। ਲਓ ਜੀ ਮੈਂ ਨਹੀਂ ਗਾਣੀਆਂ ਤੇ ਮੈਂ ਹੁਣ ਦੇਖਾਂ ਅਜਨੌਦਾ ਕਲਾ ਪਿੰਡ। ਇਹ ਆ ਬੀਬੀਆਂ ਦੀ ਸੱਤ। ਕੁੜੀਆਂ ਨੂੰ ਪਹਿਲਾਂ ਖੇਡਣ ਤੋਂ ਰੋਕਿਆ ਜਾਂਦਾ ਸੀ, ਪੜ੍ਹਨ ਤੋਂ ਵੀ ਰੋਕਿਆ ਜਾਂਦਾ ਸੀ, ਹੁਣ ਤਾਂ ਨਹੀਂ ਰੋਕਿਆ ਜਾਂਦਾ ਘਰਦਿਆਂ ਵੱਲੋਂ? ਪੂਰੀ ਸਪੋਰਟ ਮਿਲਦੀ ਆ? ਹਾਂਜੀ। ਕੋਚ ਸਾਹਿਬ ਖੜਾਉਂਦੇ ਨੇ? ਹਾਂਜੀ। ਕਿੰਨਾ ਟਾਈਮ ਪ੍ਰੈਕਟਿਸ ਕਰਦੇ ਹੋ? ਅਸੀਂ ਸਵੇਰੇ ਕਰਦੇ ਹਾਂ, ਸ਼ਾਮ ਨੂੰ। ਸਵੇਰੇ ਕਿੰਨੇ ਵਜੇ? 7 ਤੋਂ 8:30 ਤੱਕ। 7 ਤੋਂ 8:30, ਸ਼ਾਮ ਨੂੰ 4 ਤੋਂ 5:30 ਤੱਕ। ਕਿੰਨੀ ਪ੍ਰੈਕਟਿਸ ਚੱਲਦੀ ਆ ਪੂਰੇ ਦਿਨ ਦੇ ਵਿੱਚ, ਜਾਂ ਕਿੰਨਾ ਕੁ ਜ਼ੋਰ ਜਿਹੜਾ ਲਾਉਣਾ ਪੈਂਦਾ? ਪੂਰਾ ਵਧੀਆ। ਖੁਰਾਕ ਕਿਹੋ ਜਿਹੀ ਹੁੰਦੀ ਹੈ? ਪੂਰੀ ਵਧੀਆ ਹੁੰਦੀ ਹੈ। ਖੁਰਾਕ ਦੇ ਵਿੱਚ ਕੀ ਕੀ ਹੁੰਦਾ? ਦੁੱਧ ਹੁੰਦਾ, ਕੇਲੇ ਹੁੰਦੇ, ਕੇਲੇ ਤੇ ਦੁੱਧ ਤੇ ਬਾਕੀ ਹੋਰ ਡਾਈਟ ਵੀ ਲਗਾਈ, ਹੋਰ ਡਾਈਟ ਵੀ ਹੁੰਦੀ ਆ। ਬਾਹਰ ਕਿੱਥੇ ਕਿੱਥੇ ਖੇਡ ਕੇ ਆਏ ਹੋ? ਸਟੇਟ ਦਾ ਫਰੀਦਕੋਟ, ਹੋਰ ਵੀ ਅੱਗੇ ਹੋਰ ਜਿਹੜੀਆਂ ਅੰਡਰ 19 ਦੀਆਂ ਟੀਮਸ ਨੇ ਉਹ ਵੀ ਬਹੁਤ ਉੱਥੇ ਖੇਡ ਕੇ ਆਏ। ਗੁਰਪ੍ਰੀਤ ਜੀ, ਕਿੱਧਰ ਕਿਵੇਂ ਮਨ ਬਣ ਗਿਆ ਕਿ ਬੱਚਿਆਂ ਨੂੰ, ਗਰੀਬ ਬੱਚਿਆਂ ਨੂੰ ਜਿਹੜਾ ਖੇਡ ਦੇ ਨਾਲ ਜੋੜਨਾ ਹੈਗਾ? ਅਸਲ ਜੀ ਮੈਂ ਸਪੋਰਟਸ ਡਿਪਾਰਟਮੈਂਟ ਦਾ ਕੋਚ ਹਾਂ ਜੀ ਇੱਥੇ ਸਰਕਾਰੀ। ਇੱਥੇ ਪਹਿਲਾਂ ਪੁਰਾਣਾ ਸੁਖਪਾਲ ਸਕੂਲ ਦੇ ਵਿੱਚ, ਹਾਂ ਉਰੇ ਇੱਥੇ ਜੀ ਗਰਾਊਂਡ ਇਹ ਸੈਂਟਰ ਮੇਰਾ ਚੱਲਦਾ ਜੀ। ਇੱਥੇ ਪੁਰਾਣਾ ਸੁਖਪਾਲ ਸਿੰਘ ਇਸੇ ਪਿੰਡ ਜਨੌਦਾ ਕਲਾਂ ਦਾ ਜੀ। ਪਹਿਲਾਂ ਉਹ ਕਬੱਡੀ ਦਾ ਪਲੇਅਰ ਰਿਹਾ, ਬਾਅਦ 'ਚੋਂ ਜਦੋਂ ਕੋਈ ਗੇਮ ਛੱਡੀ ਉਹਨੇ, ਉਹਦੇ ਮਨ 'ਚ ਖਿਆਲ ਆਇਆ ਵੀ ਕਿਉਂ ਨਾ ਜਵਾਕਾਂ ਨੂੰ ਖੜਾਇਆ ਜਾਵੇ। ਉਹਨੇ ਪਨੀਰੀ ਜਿਹੜੀ ਇੱਥੇ ਬੂਟਾ ਉਹਨੇ ਲਾਇਆ ਜੀ, ਪੁਰਾਣੇ ਬੱਚੇ ਜਿਹੜੇ ਸ਼ੁਰੂ 'ਚ, ਚਲੋ ਹੁਣ ਨਾਲ ਫਿਰ ਮੈਂ ਉਹਦਾ ਦੋਸਤ ਹਾਂ ਜੀ, ਮੈਂ ਵੀ ਇੱਥੇ ਸੈਂਟਰ ਚਲਾ ਲਿਆ, ਹੁਣ ਅਸੀਂ ਦੋਨੇ ਜਣੇ ਮਿਲ ਕੇ ਸੈਂਟਰ ਚਲਾਉਂਦੇ ਹਾਂ। ਦੋ ਜਣੇ ਸਵੇਰੇ ਖੇਡਾਂ ਨੇ ਜਿਹੜੀਆਂ ਤੁਸੀਂ ਬੱਚਿਆਂ ਨੂੰ ਜਿਹੜੀਆਂ ਇੰਟਰੋਡਿਊਸ ਕਰਾਉਣੀਆਂ? ਉਰੇ ਜੀ ਮੈਂ ਜਿੱਦਾਂ, ਮੈਂ ਤਾਂ ਪ੍ਰੋਫੈਸ਼ਨਲੀ ਕਬੱਡੀ ਕੋਚ ਹਾਂ ਜੀ। ਨੈਸ਼ਨਲ ਸਟਾਈਲ? ਹਾਂ ਇਹ ਨੈਸ਼ਨਲ ਸਟਾਈਲ ਆ, ਮੇਰੇ ਕੋਲ ਜਵਾਕ ਨੇ ਨੈਸ਼ਨਲ ਲੈਵਲ ਦੇ ਜੀ, ਖੇਲੋ ਇੰਡੀਆ 'ਚੋਂ ਨੈਸ਼ਨਲ 'ਚੋਂ ਮੈਡਲ ਨੇ ਇਹਨਾਂ ਦੇ, ਸਟੇਟ 'ਚੋਂ ਮੈਡਲ ਨੇ ਲਗਾਤਾਰ ਕੰਟੀਨਿਊ, ਸਟੇਟ 'ਚੋਂ ਤਾਂ ਅਸੀਂ ਹਰ ਸਾਲ ਹੀ ਮੈਡਲ ਹੁੰਦਾ ਜੀ ਸਾਡਾ। ਇਹ ਬੱਚੇ ਨੇ ਮੇਰੇ ਕੋਲ ਅੰਡਰ 14, 17, 18 ਤੇ ਅੰਡਰ 20 ਏਜ ਦੇ ਬੱਚੇ ਨੇ। ਤੇ ਨਾਲ ਵਾਲੀਬਾਲ? ਵਾਲੀਬਾਲ ਤਾਂ ਚਲੋ ਇਹ ਬੱਚਿਆਂ ਦਾ ਵੀ ਪਿੰਡ ਦਾ ਸ਼ੌਂਕ ਆ, ਜਦੋਂ ਹੁਣ ਜਦੋਂ ਗਰਾਊਂਡ ਚੱਲ ਪੈਂਦਾ ਜੀ, ਹੌਲੀ ਹੌਲੀ ਮਾਹੌਲ ਚੇਂਜ ਹੋ ਜਾਂਦਾ ਗਰਾਊਂਡ ਦੇ ਵਿੱਚ, ਬੱਚੇ ਆਉਣ ਲੱਗ ਜਾਂਦੇ। ਹਾਂਜੀ ਹਾਂ, ਜਿਵੇਂ ਪਿੱਛੇ ਸਰਕਲ ਸਟਾਈਲ ਕਬੱਡੀ ਦਾ ਗਰਾਊਂਡ ਵੀ ਆ। ਹਾਂਜੀ ਮੇਰੇ ਕੋਲ ਬੱਚੇ ਆ ਜੀ ਜਿਹੜੇ ਮੁੰਡੇ ਨੇ, ਜ਼ਿਆਦਾਤਰ ਮੈਂ ਕੁੜੀਆਂ ਨੂੰ ਸਰਕਲ ਖਿਡਾਉਂਦਾ ਜੀ, ਮੈਂ ਆਪ ਨੈਸ਼ਨਲ ਸਟਾਈਲ ਅਤੇ ਸਰਕਲ ਸਟਾਈਲ ਦਾ ਪਲੇਅਰ ਹਾਂ ਜੀ। ਅਤੇ ਮੇਰੇ ਕੋਲ ਇਹ ਬੱਚੇ ਨੇ ਮੁੰਡੇ ਜਿਹੜੇ ਨੈਸ਼ਨਲ ਸਟਾਈਲ ਅਤੇ ਸਰਕਲ ਦੋਵਾਂ ਦੇ ਪਲੇਅਰ ਨੇ ਜੀ। ਹਾਂਜੀ ਇਹ ਵੀ ਬੱਚੇ ਛੋਟੇ ਫੜੇ ਸੀ, ਹੁਣ ਇਹ ਅੰਡਰ 18 ਏਜ ਦੇ ਬੱਚੇ ਆ ਜੀ। ਜੀ ਕਮਾਲ ਦੀ ਚੀਜ਼ ਇਸ ਪਿੰਡ ਦੇ ਵਿੱਚ ਦਿਖਾਉਣੀ ਆ। ਕਹਿੰਦੇ ਨੇ ਕਿ ਦੋ ਪਾਰਟੀਆਂ ਨੇ ਪੂਰੇ ਪੰਜਾਬ ਦੇ ਵਿੱਚ, ਬੀਣ ਬਾਜਾ ਨਚਾਰ ਪਾਰਟੀ। ਇਹ ਪੂਰੀ ਪਾਰਟੀ ਸਾਡੇ ਨਾਲ ਖੜੀ ਹੈ, ਪ੍ਰਿਥੀ ਜੀ ਸਾਡੇ ਨਾਲ ਨੇ। ਪਹਿਲਾਂ ਆਪਾਂ ਇਹਨਾਂ ਨਾਲ ਕਰਦੇ ਹਾਂ ਗੱਲ।
ਜੀ ਪ੍ਰਥੀ ਜੀ ਜੀ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬੀਨ ਬਾਜਾ ਨਚਾਰ ਪਾਰਟੀ ਹਾਂ ਜੀ ਲੋਕ ਨਾਚ ਹਾਂ ਇਹ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਨਾਚ ਦੇ ਨਾਲ ਜੁੜੇ ਹੋਏ ਮੈਨੂੰ ਸਰ ਹੋ ਗਏ 45 ਸਾਲ ਕੰਮ ਕਰਦਿਆਂ ਨੂੰ 45 ਸਾਲ ਹਾਂ ਪਹਿਲਾਂ ਸਾਡੇ ਬਜ਼ੁਰਗ ਕਰਦੇ ਸੀ ਪਹਿਲਾਂ ਬਜ਼ੁਰਗ ਕਰਦੇ ਸੀ ਉਹਨਾਂ ਤੋਂ ਬਾਅਦ ਫਿਰ ਮੈਂ ਲੱਗਿਆ ਵਾਂ ਤੇ ਹੁਣ ਤੁਸੀਂ ਜਿਹੜੇ ਪ੍ਰੋਗਰਾਮ ਵਿਆਹਾਂ ਸ਼ਾਦੀਆਂ ਤੇ ਜਾਂਦੇ ਹੋ ਜਾਂ ਜਿਵੇਂ ਮੇਲੇ ਹੁੰਦੇ ਨੇ ਲੋਕ ਮੇਲੇ ਹੁੰਦੇ ਨੇ ਉਹਨਾਂ ਮੇਲਿਆਂ ਤੇ ਤੇ ਅੱਜ ਫਿਰ ਕੀ ਸੁਣਾਓਗੇ ਸਾਨੂੰ ਅੱਜ ਜਿਹੜਾ ਕੋਈ ਤੁਸੀਂ ਕੋਈ ਸੁਣਾ ਦੇ ਕਰੀਏ ਸ਼ੁਰੂ ਲਓ ਜੀ ਕੰਪਿਊਟਰ ਵਾਲੀਆਂ ਲਿਖਾਈਆਂ ਨੇ ਪਰ ਇਹ ਬਾਈ ਜੀ ਦੇਖੋ ਲਿਖਾਈ ਬੜੀ ਖੂਬਸੂਰਤ ਹੈ ਪ੍ਰੋਗਰਾਮ ਤੁਸੀਂ ਸੱਥ ਦੇਖਿਆ ਕਰਨਾ ਤਾਸ਼ ਖੇਡੀ ਜਾਂਦੇ ਨੇ ਪਰ ਆਪਾਂ ਇਹਨਾਂ ਨੂੰ ਖਲਾਉਣਾ ਨਹੀਂ ਪਹਿਲਾਂ ਆਪਾਂ ਉਹਨਾਂ ਕੋਲੇ ਚੱਲਦੇ ਹਾਂ ਬਾਈਆਂ ਕੋਲੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਇਹਨਾਂ ਨੂੰ ਤਾਸ਼ ਖੇਡਣ ਦੀਆਂ ਪਹਿਲਾਂ ਪੁੱਤਨਾ ਕਰ ਲਈ ਗੱਲਾਂ ਬਸ ਠੀਕ ਹੈ ਕੀ ਹਾਲ ਨੇ ਠੀਕ ਹੈ ਜੀ ਵਧੀਆ ਜੀ ਕੀ ਕਰਦੇ ਹੋ ਵਾਹ ਵੀਰ ਜੀ ਜੋਬ ਕਰੀ ਜਾਂਦੇ ਹਾਂ ਨਹੀਂ ਕਿੱਥੇ ਜੋਬ ਕਰਦੇ ਹੋ ਮੈਂ ਬਾਦਸ਼ਾਹਪੁਰ ਕਾਲੇ ਕੀ ਹੈ ਜੀ ਅੱਛਾ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਜੋਬ ਕਰਦਾ ਮਾਸਟਰ ਲੱਗੇ ਹੋ ਹਾਂਜੀ ਹਾਂਜੀ ਜਵਾਕਾਂ ਨੂੰ ਵੀ ਕੁੱਟਦੇ ਕੁੱਟਦੇ ਕਿ ਨਹੀਂ ਮਾੜਾ ਮੋਟਾ ਕੁੱਟੀ ਜਾਂਦੇ ਕਦੇ ਕਦੇ ਸਰਕਾਰ ਕੁੱਟਣ ਨਹੀਂ ਦਿੰਦੀ ਹੁਣ ਕੁੱਟਣ ਨਹੀਂ ਤੁਸੀਂ ਮਾਸਟਰ ਮੈਂ ਵੀ ਟੀਚਰ ਹਾਂ ਜੀ ਤੁਸੀਂ ਟੀਚਰ ਦੋਨੇ ਟੀਚਰ ਹਾਂਜੀ ਹਾਂਜੀ ਕੁਛ ਗਾਣਾ ਗੀਤ ਹਾਂਜੀ ਵੀਰ ਜੀ ਸੁਣਾਉਣਾ ਜ਼ਰੂਰ ਆਪਣੇ ਜੋ ਮੁੱਦੇ ਚੱਲ ਰਹੇ ਨੇ ਨਾ ਹਾਂ ਜਿਵੇਂ ਖਾਣੇ ਦੇ ਵਿੱਚ ਆਪਾਂ ਜ਼ਹਿਰਾ ਖਾ ਰਹੇ ਹਾਂ ਪਾਣੀ ਆਪਣਾ ਖਤਮ ਹੋ ਰਿਹਾ ਉਹਨਾਂ ਸਾਰੇ ਮੁੱਦਿਆਂ ਤੇ ਚਲੋ ਦੋਨੋਂ ਭਰਾ ਇੱਕ ਗਾਣਾ ਸੁਣਾਉਣ ਲੱਗੇ ਜੀ ਹੋ ਨਦੀਆਂ ਸੁੱਕ ਬਣ ਗਈਆਂ ਨਹਿਰਾਂ ਖਾਣੇ ਵਿੱਚ ਖਾਈਏ ਜੈਰਾਂ ਪਿੰਡਾਂ ਵਿੱਚ ਛੱਡ ਕੇ ਮਾਪੇ ਪੁੱਤਰ ਜਾ ਵਸ ਗਏ ਸ਼ਹਿਰਾਂ ਰੇਹਾਂ ਸਪਰੇਹਾਂ ਵਾਲੀਆਂ ਰੇਹਾਂ ਸਪਰੇਹਾਂ ਵਾਲੀਆਂ ਫਸਲਾਂ ਵੱਢ ਖਾਨੇ ਆਂ ਕਿਹੜੀ ਅਸੀਂ ਕਰੀ ਤਰੱਕੀ ਕਿੱਧਰ ਨੂੰ ਜਾਣੇ ਆਂ ਕਿਹੜੀ ਅਸੀਂ ਕਰੀ ਤਰੱਕੀ ਕਿੱਧਰ ਨੂੰ ਜਾਣੇ ਆਂ ਕਰ ਗਿਆ ਕਹਿੰਦੇ ਦੇਸ਼ ਤਰੱਕੀ ਹੋ ਲਓ ਜੀ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਣਾ ਨਹੀਂ ਤੇ ਸੱਚੀ ਗੱਲ ਹੈ ਸੱਚੀ ਨਹੀਂ ਆਉਣਾ ਰੁਕ ਜਾਓ ਬਾਈ ਇੱਕ ਮਿੰਟ ਬੈਲਾ ਨਹੀਂ ਲੰਘਿਆ ਆਉਣਾ ਮੁੜ ਕੇ ਕੀ ਹਾਲ ਨੇ ਠੀਕ ਠਾਕ ਜੀ ਬਹੁਤ ਵਧੀਆ ਜੀ ਬੜੀ ਕਾਲੀ ਹੈ ਨਾ ਹਾਂ ਉਹ ਤੁਹਾਨੂੰ ਪਤਾ ਹੈ ਜੀ ਇੱਕ ਵਾਰੀ ਬੇਲਾ ਹੱਥੋਂ ਲੰਘ ਜੇ ਆਉਂਦਾ ਨਹੀਂ ਉਹ ਸਾਨੂੰ ਵੀ ਐਵੇਂ ਨਾ ਜੇ ਕਿਤੇ ਪਤਾ ਵਾਲਾ ਬੇਲਾ ਨਾ ਲੰਘ ਜਾਣਾ ਫਿਰ ਮੁੜ ਕੇ ਵੀ ਨਹੀਂ ਹੱਥ ਆਉਣਾ ਕਿਤੇ ਉਹ ਥਾਰ ਚੱਕ ਕੇ ਭੱਜ ਜਵੇ ਪਤਾ ਹੀ ਨਾ ਲੰਘ ਜੇ ਹਾਂ ਇਹ ਵੀ ਹੁੰਦਾ ਨਹੀਂ ਪੰਜਾਬੀ ਜੇ ਕਹਿੰਦੇ ਹੁੰਦੇ ਆ ਵੀ ਇਹ ਤਾਂ ਲੰਘ ਹੈ ਕੀ ਜੀ ਵੀ ਇਹ ਕਹਿੰਦੇ ਵੀ ਇਹ ਤਾਂ ਲੰਘ ਹੈ ਨਹੀਂ ਨਹੀਂ ਲੰਘ ਨਹੀਂ ਜੀ ਨਹੀਂ ਤੁਸੀਂ ਨਹੀਂ ਬੁੜੀ ਵੀ ਛੱਡਦੇ ਫੁੱਕੀ ਬਣਾਦੇ ਚੱਲੇ ਜੀ ਇੱਥੋਂ ਛੱਡਦੀ ਰੰਗ ਬਹੁਤ ਖਿੜੇ ਪਿਆ ਜਿੰਨੇ ਰੰਗ ਚਾਰ ਨੇ ਦੱਸੋ ਇੱਟ ਪਾਣ ਹੁਕਮ ਚਿੜੀਆ ਚਿੜੀਆ ਬਾਜੀ ਕਾਹਦੀ ਲੱਗ ਰਹੀ ਸੀ ਬਾਜੀ ਲੱਗ ਰਹੀ ਸੀਗੀ ਦੂਸਰੀ
ਦੂਸਰ ਦੀ ਹਾਂ ਅੱਛਾ ਇਹ ਕਿਵੇਂ ਖੇਡੀ ਜਾਂਦੀ ਮਾੜਾ ਦੱਸ ਦਿਓ ਕਿੰਨੇ ਖਿਡਾਰੀ ਖੇਡਦੇ ਆ ਚਾਰ ਖਿਡਾਰੀ ਖੇਡਦੇ ਆ ਹਾਂ ਤੇ ਜਿਹਦੀ ਉਹ ਹੁੰਦੀ ਆ ਮਤਲਬ ਵੀ ਹਾਂ ਉਹ ਛੱਡਦਾ ਹਾਂ ਉਹ ਛੱਡਦਾ ਜਿਹਨੇ ਰੰਗ ਦੱਬੇ ਹੁੰਦੇ ਆ ਹਾਂ ਜਿਹਨੇ ਰੰਗ ਦੱਬੇ ਹੁੰਦੇ ਜਿਹਦੇ ਰੰਗ ਦੱਬੇ ਹੁੰਦੇ ਉਹ ਛੱਡਦਾ ਉਹ ਛੱਡਦਾ ਹੁੰਦਾ ਹਾਂ ਉਹ ਛੱਡਦਾ ਵੈਸੇ ਕਹਿੰਦੇ ਨੇ ਪਾਰਟੀਆਂ ਦੇ ਬੜੇ ਰੰਗ ਨੇ ਆਪਣੇ ਦੇਸ਼ ਦੇ ਵਿੱਚ ਵੱਖ ਵੱਖ ਝੰਡੇ ਲੈ ਕੇ ਪਾਰਟੀਆਂ ਪੰਜਾਬ ਦੇ ਪਿੰਡਾਂ 'ਚ ਵੀ ਆਉਂਦੀਆਂ ਨੇ ਹਾਂਜੀ ਤੇ ਉਹ ਵੀ ਰੰਗ ਹੁੰਦੇ ਨੇ ਸਮਝਦੇ ਰੰਗਾਂ ਦੀ ਭਾਸ਼ਾ ਹਾਂਜੀ ਹਾਂ ਠੀਕ ਮੰਤਰੀ ਆਉਂਦੇ ਨੇ ਪਿੰਡਾਂ ਦੇ ਵਿੱਚ ਰਾਜਿਆਂ ਦੇ ਰੰਗ ਲੈ ਕੇ ਹਾਂਜੀ ਫਿਰ ਉਹ ਜੋ ਵਾਅਦੇ ਕਰਕੇ ਜਾਂਦੇ ਆ ਪੂਰੇ ਕਰਦੇ ਕਿ ਨਹੀਂ ਕਰਦੇ ਉਹ ਇੱਕ ਵੀ ਵਾਅਦਾ ਨਹੀਂ ਪੂਰੇ ਕਰਦੇ ਹਾਂ ਇੱਕ ਵੀ ਵਾਅਦਾ ਨਹੀਂ ਪੂਰਾ ਕਰਦੇ ਇੱਕ ਵੀ ਨਹੀਂ ਕਰਦੇ ਪੂਰਾ ਕੋਈ ਵੀ ਨਹੀਂ ਫਿਰ ਤੁਸੀਂ ਜਦੋਂ ਫੇਰ ਆਉਂਦੇ ਆ ਫਿਰ ਪੁੱਛਦੇ ਕਿ ਨਹੀਂ ਪੁੱਛਦੇ ਗੱਲ ਨੀ ਕਰਦੇ ਦੁਰਮਟ ਹੁੰਦਾ ਜੀ ਜਿਹੜਾ ਆਪਾਂ ਫਰਸ਼ ਲਾਉਂਦੇ ਆ ਘਰੇ ਫਰਸ਼ ਦੇ ਨਾਲ ਜਦੋਂ ਆਪਾਂ ਮਿੱਟੀ ਜਾਂ ਜਿਹੜੇ ਰੋੜੇ ਨੇ ਉਹਨਾਂ ਨੂੰ ਨੀਚੇ ਤੋਨੇ ਆ ਕਿ ਇਹਦੇ ਵਿੱਚ ਕੋਈ ਥੋਸ ਨਾ ਰਹਿ ਜੇ ਉਹਨੂੰ ਦੁਰਮਟ ਕਹਿੰਦੇ ਨੇ ਉਹਨੂੰ ਦੁਰਮਟ ਕਹਿੰਦੇ ਉਹ ਕਾਦੇ ਉਹ ਮਿੱਟੀ ਕੁੱਟਣ ਦੇ ਕੰਮ ਆਉਂਦਾ ਕਿ ਸੱਟ ਮਾਰਨ ਦੇ ਵੀ ਆਉਂਦਾ ਨਹੀਂ ਜੀ ਨਹੀਂ ਸਿਰ 'ਚ ਨਹੀਂ ਉਹ ਸਿਰਫ ਘਰ ਦੇ ਕੰਮਾਂ ਕਾਰਾਂ ਲਈ ਆਉਂਦਾ ਜਾਂ ਨਿਉਂ ਪੱਟਦੇ ਆ ਜਾਂ ਹੋਰ ਹੈ ਉਹਨਾਂ ਲਈ ਹੈ ਅੱਛਾ ਉਹਨਾਂ ਲਈ ਤੋਂ ਦੇ ਲਓ ਜੀ ਇਹ ਆ ਪਿੰਡ ਅਜਨੌਦਾ ਕਲਾਂ ਅਜਨੌਦਾ ਕਲਾਂ ਦੀ ਸੱਤ ਸੀਗੀ ਅੱਜ ਅਜਨੌਦਾ ਕਲਾਂ ਪਿੰਡ ਦੇਖਿਆ ਜ਼ਿਲ੍ਹਾ ਪਟਿਆਲੇ ਦਾ ਇਹ ਪਿੰਡ ਹੈ ਤਾਂ ਤੁਸੀਂ ਜ਼ਰੂਰ ਦੇਖਣ ਆਇਓ ਇਸ ਪਿੰਡ ਨੂੰ ਬੜਾ ਖੂਬਸੂਰਤ ਪਿੰਡ ਹੈ ਬੜੇ ਖੂਬਸੂਰਤ ਲੋਕ ਨੇ ਆਪਾਂ ਚੱਲਦੇ ਹਾਂ ਅਗਲਾ ਪਿੰਡ ਦੇਖਣ ਜੇਕਰ ਤੁਸੀਂ ਸਾਨੂੰ ਆਪਣੇ ਪਿੰਡ ਬੁਲਾਉਣਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਤੁਹਾਡੀ ਟੀਵੀ ਸਕਰੀਨ 'ਤੇ ਆ ਰਿਹਾ ਤੁਸੀਂ ਨੰਬਰ ਡਾਇਲ ਕਰੋ ਅਤੇ ਸਾਡੀ ਟੀਮ ਤੁਹਾਡੇ ਪਿੰਡ ਪਹੁੰਚੇਗੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਵਾਲੇ ਬਟਨ 'ਤੇ ਕਲਿੱਕ ਕਰੋ